ਰਹਿਮਾਨ ਰਹੀਮ, ਅਸਲਾਮ ਵਾਲੇਕੁਮ ਨਾਜ਼ਰੀਨ, ਤੁਸੀਂ ਵੇਖ ਰਹੇ ਹੋ ਬਿਸ਼ਾਰਤ ਅਲੀ ਟੀ ਵੀ, ਮੈਂ ਤੁਹਾਡਾ ਮੇਜ਼ਬਾਨ ਬਿਸ਼ਾਰਤ ਅਲੀ। ਨਾਜ਼ਰੀਨ, ਮਾਸ਼ਾਅੱਲਾ ਅੱਜ ਇੱਕ ਬਹੁਤ ਹੀ ਖੂਬਸੂਰਤ ਜਾਨਵਰ ਦੀ ਵੀਡੀਓ ਲੈ ਕੇ ਹਾਜ਼ਰ ਹੋਇਆ ਜੀ। ਜਾਨਵਰ ਦੋਸਤਾਂ ਦੇ ਸਾਹਮਣੇ ਮਾਸ਼ਾਅੱਲਾ ਖੜ੍ਹਾ ਹੋਇਆ ਜੀ। ਕਮਾਲ ਦਾ ਹੀਰਾ, ਕਮਾਲ ਦੇ ਮਾਸ਼ਾਅੱਲਾ ਦੇ ਕੋਲ ਲੇਵੇ ਨੇ। ਥਣ ਮਾਸ਼ਾਅੱਲਾ ਬੜਾ ਸੋਹਣਾ, ਪੱਟਾਂ ਦੇ ਵਿੱਚੋਂ ਚਾਰ ਚਾਰ ਉਂਗਲਾਂ ਮਾਸ਼ਾਅੱਲਾ ਜਿਹੜਾ ਹਵਨ ਉਹ ਮੱਝ ਬਾਹਰ ਹੈ। ਗੱਬਣ ਮੱਝ ਹੈ ਜੀ, ਸੂਣ 'ਚੋਂ ਦੋ ਚਾਰ ਦਿਨ ਉਮੀਦ ਲੈ ਜਾਏਗੀ, ਬਾਕੀ ਰੱਬ ਦੇ ਕੰਮਾਂ ਦਾ ਪਤਾ ਨਹੀਂ। ਅਤੇ ਮਾਸ਼ਾਅੱਲਾ ਉਮੀਦ ਹੈ ਹੋਰ ਮੱਝ ਜਿਹੜੀ ਹੈ ਸੋਹਣੀ ਬਣੇਗੀ। ਇਹ ਨੀਲੀ ਦੇ ਬਟਨ ਮੌਜੂਦ ਨੇ ਜੀ, ਇਹ ਹਵਾਨਾ ਹੈ, ਖੂਬਸੂਰਤ ਮਾਸ਼ਾਅੱਲਾ ਮੱਝ। ਬਾਕੀ ਜਿਹੜਾ ਹੋਰ ਵੀ ਇਨਸ਼ਾਅੱਲਾ ਬਣੇਗੀ ਜਦੋਂ ਮੱਝ ਅਤੇ ਗਿੱਠ ਗਿੱਠ ਬਾਹਰ ਹੋ ਜਾਏਗੀ। ਚਾਰ ਚਾਰ ਉਂਗਲ ਹੁਣ ਬਾਹਰ ਹੈ ਅਤੇ ਮਜ਼ੀਦ ਜਿਹੜਾ ਚੋਟੀ ਨੇ ਪੱਟਾਂ 'ਚੋਂ ਬਾਹਰ ਹੋਣਾ। ਕਾਲੀ ਸ਼ਾਹ ਹੈ ਜੀ, ਇੱਕ ਰੰਗ, ਪੂਛ ਵੀ ਮੈਨੂੰ ਲੱਗਦਾ ਕਾਲੀ ਹੈ, ਟੋਟਲੀ ਕਾਲੀ ਹੈ ਜੀ ਮੱਝ, ਅੱਖਾਂ ਵੀ ਕਾਲੀਆਂ, ਸਿੰਘ ਵੀ ਸੋਹਣਾ ਮਾਸ਼ਾਅੱਲਾ ਮੱਝ ਨੂੰ ਲੱਗਿਆ। ਬਰੀਕ ਚਮੜੀ ਮੱਝ ਦੀ ਇੰਨੀ ਹੈ ਕਿ ਇਹ ਚੈੱਕ ਕਰਨੀਆਂ ਨੇ, ਇਹ ਵੇਖੋ ਇਹ ਜਿਹੜੀਆਂ ਨਾੜਾਂ ਨਜ਼ਰ ਆ ਰਹੀਆਂ ਨੇ, ਇਹ ਮਾਸ਼ਾਅੱਲਾ ਮੱਝ ਦੀ ਚਮੜੀ ਬਰੀਕ ਦੀ ਵਜ੍ਹਾ ਤੋਂ ਵਿੱਚੋਂ ਨਜ਼ਰ ਆ ਰਹੀਆਂ ਨੇ। ਇੱਧਰ ਵੇਖੋ, ਚੈੱਕ ਕਰ ਸਕਦੇ ਹੋ, ਇਹ ਚੈੱਕ ਕਰੋ, ਚੈੱਕ ਕਰੋ ਜੀ, ਮਾਸ਼ਾਅੱਲਾ ਫੁੱਲ ਬਰੀਕ ਹੈ। ਸਾਰੀਆਂ ਜਿਹੜੀਆਂ ਨੇ ਤਸਲੀਆਂ ਨਾਲ ਜਾਨਵਰ ਦੋਸਤਾਂ ਨੂੰ ਦਿਖਾਵਾਂਗੇ। ਥਣ ਵੀ ਮਾਸ਼ਾਅੱਲਾ ਸੋਹਣਾ, ਔਰ ਧੁੰਨੀ ਕੋਲੀ ਜਿਹੜੀ ਹੈ ਉਹ ਤਾਂ ਬਿਲਕੁਲ ਜਾਨਵਰ ਦੇ ਵਿੱਚ ਮੌਜੂਦ ਵੀ ਨਹੀਂ ਹੈਗੀ, ਲੱਗਿਆ ਕੈਮਰਾ ਉੱਤੇ ਕਿੱਥੇ ਲਾਵਾਂ। ਔਰ ਇਹ ਵੇਖੋ ਜੀ, ਇੱਕ ਤਾਂ ਹੁੰਦਾ ਨਾ ਇਕੱਲਾ ਪਿੱਛੇ ਚੋਟੀ ਕੋਲ, ਅੱਗੇ ਵੀ ਹਵਾਨਾ ਉਨਾ, ਪਿੱਛੇ ਵੀ ਉਨਾ, ਦੋਵਾਂ ਸਾਈਡਾਂ 'ਤੇ ਹਵਾਨਾ। ਅਤੇ ਬਾਕੀ ਅੱਲਾ ਖੈਰ ਕਰੇਗਾ, ਹੋਰ ਵੀ ਬਣ ਜਾਏਗੀ, ਔਰ ਕੀਮਤ ਵੀ ਐਡੀ ਕੁ ਹੋਣੀਗੀ, ਬਿਲਕੁਲ ਮੁਨਾਸਿਬ ਕੀਮਤ ਹੈ। ਜ਼ਿਆਦਾ ਮੁੱਲ ਨਹੀਂ ਹੈਗਾ ਮੱਝ ਦਾ, ਥੋੜ੍ਹਾ ਜਿਹਾ ਮੁੱਲ ਹੈ ਜਿਹੜਾ ਕਿ ਦੋਸਤਾਂ ਦੇ ਪਸੰਦ ਆਉਣ ਵਾਲਾ, ਤੋਕੜਾਂ ਵਾਲਾ। ਇਹਨੂੰ ਟੋਰ ਹੁਣ ਖੋਲ੍ਹ ਕੇ, ਟੋਰ ਟੋਰ ਟੋਰ, ਟੋਰ ਟੋਰ ਟੋਰ, ਮੱਝ ਹੈਗਾ ਟੁਰੇਗੀ, ਕੈਮਰੇ 'ਚ ਆ ਰਹੀ ਹੈ, ਮੈਂ ਆ ਜਾਵਾਂਗਾ ਮੱਝ ਤੋਂ ਟੋਰ ਲਾਇਆ, ਪਿੱਛਾ ਪਿੱਛੇ ਲਾਇਆ, ਕੱਦ ਸ਼ਦ ਵੀ ਮਾਸ਼ਾਅੱਲਾ ਪੂਰਾ ਹੈ ਜੀ, ਬਰੀਕ ਬੂਥੀ ਹੈ। ਅੱਛਾ, ਵਾਹ ਕਿਆ ਬਾਤ, ਮਾਸ਼ਾਅੱਲਾ ਜੀ, ਲੰਮੀ ਵੀ ਪੂਰੀ, ਤੌਣ ਵੀ ਲੰਮੀ ਹੈ ਛੋਟੀ ਦੀ, ਸਰ ਬਰੀਕ। ਅੱਛਾ, ਅਤੇ ਕਿੰਨੇ ਕੁ ਦਿਨ ਲੈ ਜਾਏਗੀ ਸਦੀਕ ਅਮਨ? ਅੱਛਾ, ਮਕੂਲ ਦੱਸ ਚੁੱਕੇ, ਮਕੂਲ ਹੀ ਕੀਮਤ ਭਾਈ ਵਿਸ਼ਾਲਾ, ਮਕੂਲ ਹੀ ਕਰਾਂਗੇ। ਅੱਛਾ, ਇੱਕ ਭਰਾਵਾਂ ਨੂੰ ਜਿਵੇਂ ਨਾ ਬਸ ਗਿਫਟ ਤੌਰ ਹੀ ਸਮਝ ਲੈ। ਅੱਛਾ, ਮਕੂਲ ਟੋਕੜਾ ਵਾਲਾ ਮੁੱਲ ਕੀ? ਮੁੱਲ ਤੇ ਮੁੱਲ ਦਾ ਮੁੱਲ ਨਹੀਂ ਕਰਨਾ ਆਪਾਂ ਨਾ, ਐਵੇਂ ਜਿਹੜੇ ਪੈਸੇ ਲੈ ਲੈਣੇ ਨੇ ਉਹ ਗੱਲ ਕਰਨੀ। ਸ਼ਾਰਟ ਜੀ, ਸ਼ਾਰਟ, ਵਾਹ ਕੀ ਬਾਤ, 4,25,000, 4,25,000 ਟੋਕੜਾ ਦਾ ਮੁੱਲ ਹੈ।
ਤੇ ਝੋਟੀ ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਜਿਹੜਾ ਭਾਈ ਲੈ ਗਿਆ ਝੋਟੀ 14-15 ਕਿਲੋ ਦੁੱਧ ਵੀ ਦਿੱਤੀ ਰੱਖੇਗੀ ਨਾ, 14-15 ਕਿਲੋ ਦੇਵੇਗੀ ਨਾ, ਤੇ ਇਹ ਫਿਰ ਵੀ ਟੋਕੜਾ ਹਿਸਾਬ 'ਚ ਸਹੀ ਇਹਨਾਂ ਦੇ ਇਹਦੇ 'ਚ ਪਿਆਰ ਮੁਹੱਬਤ ਹੋ ਜਾਏਗਾ 4-25 ਚ ਇਹਦੇ 'ਚ ਹੋ ਗਈ ਹਾਂ 4-25 ਚ ਤੇ ਫਿਰ ਤੇਰਾ ਹੁਕਮ ਹੋਣਾ ਜਿਹਦਾ ਪਹਿਲਾਂ ਲਾ ਜਿੱਦਾਂ ਕਹੇਗਾ ਆਪਾਂ ਉਦਾਂ ਕਰ ਲਾ ਬਾਕੀ ਚੋਇਸ ਹੋਈ ਦੀ ਸੋਹਣੀ ਹੈ ਨਹੀਂ ਹਾਂ ਨਹੀਂ ਮੈਂ ਤੇ ਪਾਸਰ ਕੇ ਲਈ ਗੱਬਲ ਪੁੱਛਾ ਲੇਕਿਨ ਪਿੱਛੋਂ ਉਹਨਾਂ ਨੇ ਕਿਹਾ ਵੀ ਖਰੀ ਹੈ ਬਿਲਕੁਲ ਅੱਛਾ ਥਣਾ ਤੇ ਪਹਿਲਾਂ ਆ ਜਾਂਦਾ ਸਾਫ ਸੋਨੇ ਵਰਗੀ ਯਾਰ ਖਰੀ ਹੋਵੇ ਖਰੀ ਤੇ ਆਪਣੀ ਹਾਂ ਉਹਨਾਂ ਦੀ
ਸ਼ੁਕਰੀਆ ਜੀ।